ਵਿੱਚੋਂ ਇੱਕ ਦੋ ਰਹਿਣਗੀਆਂ, ਹਾਂ ਹੁਣ ਪੱਟ ਲਓ ਉਹ ਅਪ੍ਰੈਲ ਦੇ ਵਿੱਚ ਬਾਈ ਛੱਡ ਜਾਣਗੇ, ਹਾਂ ਠੀਕ ਆ ਬਾਈ ਪੀਰਕੋਟ ਹੋਰ ਆਏ, ਡਾਕਟਰ ਪੀਰਕੋਟ ਅਤੇ ਕੰਮਾ ਪੀਰਕੋਟ ਦੀ ਸੁਣ ਕੇ ਦੇਖਿਓ ਸਵਾਦ ਹੀ ਆ ਜਾਓ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ। ਇੱਕ ਮਿੱਤਰੋ ਪਹਿਲਾਂ ਆਪਾਂ ਨੂੰ ਐਂ ਸੀ ਵੀ ਆ ਬੋਲਾ ਆਪਾਂ ਸਾਂਭਾਂਗੇ ਕਾਲੀ ਕਬੂਤਰ ਹੈ ਕਾਲਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ, ਮੇਰੇ ਲਹਿਦੇ ਚੜ੍ਹਦੇ ਪੰਜਾਬ ਵਾਲੇ ਅਤੇ ਐਨਆਰਏ ਭਰਾਵਾਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਸਭ ਦੇ ਘਰ ਪ੍ਰਭੂ ਤੰਦਰੁਸਤ ਅਤੇ ਚੜ੍ਹਦੀ ਕਲਾ 'ਚ ਹੋਣ। ਸੋ ਬਈ ਅੱਜ ਵਾਲੀ ਵੀਡੀਓ ਬਹੁਤ ਭਰਾਵਾਂ ਦੇ ਕਮੈਂਟ ਵੀ ਸੀ, ਮੈਸੇਜ 'ਤੇ ਵੀ ਪੁੱਛਦੇ ਸੀ ਪਰ ਪਟਾਈ ਠੀਕ ਆ। ਅਤੇ ਬਾਕੀ ਕੁਛ ਕੁ ਆਪਾਂ ਦੱਸਾਂਗੇ ਅਤੇ ਕੁਛ ਕੁ ਆਪਾਂ ਬਾਈ ਪੀਰਕੋਟ ਵਾਲੇ ਕੰਮਾ ਪੀਰਕੋਟ ਹੋ ਗਿਆ ਅਤੇ ਡਾਕਟਰ ਪੀਰਕੋਟ ਬਹੁਤ ਨਾਂ ਆ ਬੰਦੇ ਦਾ ਡਾਕਟਰ ਪੀਰਕੋਟ ਦਾ, ਉਹਦੇ ਨਾਲ ਵੀ ਗੱਲਬਾਤ ਕੀਤੀ ਸੀ ਪਰ ਪਟਾਈ ਅਤੇ ਉਹ ਵੀ ਵੀਡੀਓ ਵਿੱਚ ਲਾਵਾਂਗੇ। ਅਤੇ ਬੰਦੇ ਨੇ ਬਹੁਤ ਸੋਹਣੀ ਨੌਲੇਜ ਦਿੱਤੀ ਆ ਯਾਰ, ਮੈਂ ਕਹਿੰਦਾ ਕਿਸੇ ਨੇ ਨਹੀਂ ਦੱਸਿਆ ਹੋਣਾ ਠੀਕ ਆ। ਸੋ ਇਕੱਲਾ ਵੀਰੇ ਪਰ ਪਟਾਈ ਨਹੀਂ ਹੈਗੀ ਵੀ ਆਪਾਂ ਪਰ ਪੱਟ 'ਤੇ ਤਾਂ ਆਪਣਾ ਕੰਮ ਨਿਬੜ ਗਿਆ, ਬਹੁਤ ਚੀਜ਼ਾਂ ਹੁੰਦੀਆਂ ਬਈ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਨੇ ਅਤੇ ਸ਼ਾਇਦ ਹੀ ਮਤਲਬ ਕਿਸੇ ਭਰਾ ਨੇ ਦੱਸਿਆ ਹੋਊ। ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਬਈ ਕਬੂਤਰ ਨੂੰ 5 ਦਿਨ ਪਹਿਲਾਂ ਠੀਕ ਆ ਕੈਂਚੀ ਲਾਓ, ਕੈਂਚੀ ਜਿਵੇਂ ਕਿ ਆਹ ਲੱਗੇ ਹੋਏ ਨੇ ਆਹ ਦੇਖੋ, ਇਹਦੇ 4-4 ਕੰਨੀਆਂ ਰਹਿੰਦੀਆਂ ਸੀ, ਇਹ 4-4 ਕੈਂਚੀ ਲਾਈਆਂ ਹੋਈਆਂ ਠੀਕ ਆ। 4-5 ਦਿਨ ਪਹਿਲਾਂ ਲਾਓ ਠੀਕ ਆ, ਅਤੇ ਇੱਕ ਐਵੇਂ ਫੱਟੀਆਂ ਲਾਓ, ਆਹ ਦੇਖੋ ਜਿਵੇਂ ਆਹ ਇੱਧਰ ਲਾ ਰੱਖੀ ਹੈ, ਆਹ ਇੱਧਰ ਨੀਵੀਂ ਲਾ ਰੱਖੀ ਆਪਾਂ, ਆਹ ਫੱਟੀ ਜ਼ਰੂਰ ਲਾਓ ਠੀਕ ਆ। ਕਿਉਂਕਿ ਜਦੋਂ ਬਈ ਆਪਾਂ ਕੀ ਕਰਦੇ, ਕਈ ਭਰਾ ਨਵੇਂ ਨੇ ਨਹੀਂ ਪਤਾ, ਬਸ ਐਂ ਪਤਾ ਲੱਗ ਗਿਆ ਵੀ 15 ਤਰੀਕ ਆ ਗਈ, ਪਰ ਪੱਟ ਦਿਉ, ਪਰ ਪੱਟ ਦਿੰਦੇ ਨੇ, ਉੱਚੀਆਂ ਫੱਟੀਆਂ ਲੱਗੀਆਂ ਹੁੰਦੀਆਂ ਨੇ ਕਬੂਤਰ ਬਈ ਥੱਲੋਂ ਜ਼ੋਰ ਮਾਰੀ ਜਾਂਦੇ ਰਹਿੰਦੇ ਆ ਉਹ ਠੀਕ ਆ, ਉਹ ਬੁੱਲ ਜਿਹੜਾ ਭਿਆ, ਕਿਉਂਕਿ ਜਦੋਂ ਜ਼ੋਰ ਮਾਰਦੇ ਨੇ ਬਈ ਠੀਕ ਆ ਬਲੱਡ ਉੱਥੇ ਰੁਕ ਜਾਂਦਾ ਠੀਕ ਆ, ਅਤੇ ਫਰ ਵਿੰਗੇ ਟੇਢੇ ਆ ਜਾਂਦੇ, ਜਾਂ ਆਉਂਦੇ ਨਹੀਂ ਗੁੱਲ ਪੈ ਜਾਂਦਾ, ਫਿਰ ਕਹਿੰਦੇ ਸਾਡੇ ਕਬੂਤਰ 'ਤੇ ਫਰ ਨਹੀਂ ਆਏ ਠੀਕ ਆ। 5 ਦਿਨ ਪਹਿਲਾਂ ਬਈ ਕੈਂਚੀ ਲਾਓ ਕਬੂਤਰ ਨੂੰ, ਜਿੰਨੀਆਂ ਕੰਨੀਆਂ ਰਹਿ ਗਈਆਂ, ਪਹਿਲੀ ਵਾਰ ਤਾਂ ਜੇ 2-3 ਕੰਨੀਆਂ ਰਹਿੰਦੀਆਂ ਪੱਟਣ ਦੀ ਲੋੜ ਹੀ ਨਹੀਂ ਠੀਕ ਆ। ਜੇ ਫਿਰ ਵੀ ਕਈ ਭਰਾਵਾਂ ਦਾ ਦਿਲ ਨਹੀਂ ਮੰਨਦਾ ਵੀ ਪੱਟਣੀ ਪੱਟਣੇ ਨੇ ਠੀਕ ਆ, ਫਿਰ 5 ਦਿਨ ਪਹਿਲਾਂ ਕੈਂਚੀ ਲਾ ਕੇ ਰੱਖ ਲਓ ਅਤੇ ਛੱਡ ਦਿਉ, ਅਤੇ ਐਂ ਫੱਟੀਆਂ ਲਾ ਦਿਉ ਵੀ ਕਬੂਤਰ ਆਪਣੇ ਆਪ ਆਉਣ ਠੀਕ ਆ, ਅਤੇ ਇੱਥੇ ਚੜ੍ਹ ਕੇ ਬਹਿ ਜਾਣ ਨੀਵੇਂ 'ਤੇ, ਜ਼ੋਰ ਨਾ ਮਾਰਨ ਠੀਕ ਆ। ਅਤੇ ਇੱਕ ਐਤਕੀ ਡੀਵਰਮਿੰਗ ਵਾਲੀ ਬਾਈ ਵੀਡੀਓ ਤਾਂ ਨਹੀਂ ਬਾਈ ਵੀ ਸਾਰੇ ਭਰਾਵਾਂ ਨੂੰ ਪਤਾ ਹੀ ਹੈ, ਕਹਿ ਦਿੰਦੇ ਹੈ ਨਾ ਕੀ ਡੀਵਰਮਿੰਗ 'ਤੇ ਵੀਡੀਓ ਪਾ ਦਿੰਦੇ ਆ ਜੇ ਉਹ ਠੀਕ ਆ, ਹਫ਼ਤਾ ਪਹਿਲਾਂ ਸਾਰਿਆਂ ਨੇ ਡੀਵਰਮਿੰਗ ਕੀਤੀ ਹੋਊਗੀ, ਪਰ ਇੱਕ ਗੱਲ ਜ਼ਰੂਰ ਦੱਸਦਾ ਸਾਰਿਆਂ ਨਾਲੋਂ ਵਧੀਆ ਰਿਜ਼ਲਟ ਮੈਂ ਦੇਖਿਆ ਬਾਈ ਪੇਪਰਾਂ ਜੀਨ ਦਾ ਸਾਰਿਆਂ ਨਾਲੋਂ ਵਧੀਆ ਰਿਜ਼ਲਟ ਹੈ, ਅਤੇ ਕਹਿੰਦੇ ਕਹਾਉਂਦੇ ਬੰਦਿਆਂ ਨੇ ਆਪਾਂ ਨੂੰ ਚੰਗੇ ਖਿਡਾਰੀਆਂ ਨੇ ਦੱਸਿਆ ਵੀ ਬਾਈ ਪੇਪਰਾਂ ਜੀਨ ਤੋਂ ਵਧੀਆ ਕਿਸੇ ਦਾ ਰਿਜ਼ਲਟ ਨਹੀਂ ਹੈਗਾ ਠੀਕ ਆ। ਬਥੇਰੇ ਕੋਈ ਬਾਹਰਲੀਆਂ ਗੋਲੀਆਂ ਜਾਂ ਦਿਖਾਈ ਜਾਂਦੇ ਰਹਿੰਦੇ ਆ ਠੀਕ ਆ, ਉਹ ਸਾਡੇ ਇੱਥੇ ਮਿਲਦੀਆਂ ਨਹੀਂ ਕਰਦੀਆਂ ਨਹੀਂ ਬਾਈ, 3-3 ਹਜ਼ਾਰ ਦੀ ਡੱਬੀ ਆ, 4-4 ਹਜ਼ਾਰ ਦੀ ਠੀਕ ਆ, ਮਾੜਾ ਖਿਡਾਰੀ ਕਿੱਥੋਂ ਲੈ ਲੂਗਾ ਠੀਕ ਆ, ਇਹ ਵੀ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਨੇ। ਸੋ ਆਪਣਾ ਬਈ ਪੇਪਰਾ ਜੀਨ ਲਿਆਓ, ਹੁਣ ਤਾਂ ਵਾਈਟ 'ਚ ਆਉਣ ਲੱਗ ਗਈ, ਜਿਹੜੀ ਕੰਚ ਵਾਲੀ ਸੀ ਉਹਦਾ ਰਿਜ਼ਲਟ ਆਪਾਂ ਦੇਖਿਆ ਬਹੁਤ ਹੀ ਵਧੀਆ ਬੈਸਟ ਸੀਗਾ ਠੀਕ ਆ, ਹਰਿਆਣੇ 'ਚ ਤਾਂ ਹਜੇ ਵੀ ਮਿਲਦੀ ਆ, ਪਰਸੋਂ ਮੰਗਵਾਈਆਂ ਸੀ। ਅਤੇ ਆਪਾਂ ਇਹ ਸਾਰੇ ਕਬੂਤਰਾਂ ਨੂੰ ਬਈ ਡੀਵਰਮਿੰਗ ਕੀਤੀ ਹੋਈ ਆ ਕਰਕੇ 4 ਦਿਨ ਪਹਿਲਾਂ, ਤੁਹਾਨੂੰ ਪਤਾ ਕੁਛ ਕੁ ਤਾਂ ਆਪਾਂ ਪੱਠੇ ਪੱਟਦੇ ਸੀ ਠੀਕ ਆ, ਉਹ ਤਾਂ ਪਰ ਆਏ ਵੀ ਖੜੇ ਨੇ, ਵੈਸੇ ਤਾਂ ਹੱਥ ਮੈਂ ਲਾਉਂਦਾ ਨਹੀਂ ਪਰ ਤੁਹਾਨੂੰ ਭਰਾਵਾਂ ਨੂੰ ਦਿਖਾਉਣ ਦਾ ਵਾਸਤੇ ਅਤੇ ਆਪਾਂ ਜ਼ਰੂਰ ਦਿਖਾ ਦਿੰਦਾ ਮੈਂ ਵੀ ਪਰ ਸਾਫ਼ ਆਈ ਜਾਂਦੇ ਉਹਨਾਂ ਦੇ ਜਮ੍ਹਾਂ ਠੀਕ ਆ, ਵੈਸੇ ਤਾਂ ਆਪਾਂ ਇਹਨਾਂ ਦੇ ਹੱਥ ਲਾਉਣਾ ਨਹੀਂ ਸੀ, ਆਹ ਦੇਖੋ ਠੀਕ ਆ ਪਰ ਆਈ ਜਾਂਦੇ ਆ ਉੱਪਰਲੀਆਂ ਬਈ ਜਮ੍ਹਾਂ ਸਾਫ਼ ਸੀਗੀਆਂ ਇਹਨਾਂ ਦੀਆਂ ਪੱਟੀਆਂ ਨਹੀਂ ਆਪਾਂ ਠੀਕ ਆ। ਅਤੇ ਇਹਨਾਂ ਦੇ ਦੇਖਾਂਗੇ ਜੇ ਝਾੜੇ ਪਏ ਹੋਏ ਜਾਂ ਖਰਾਬ ਹੋਈਆਂ ਫਿਰ ਆਪਾਂ ਪੱਟ ਦਾਂਗੇ, ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ ਬਈ ਕਈ ਕਬੂਤਰ
ਜਦੋਂ ਆਪਾਂ ਕੰਨੀਆਂ ਦਾ ਕੱਢ ਦਿੰਦੇ ਹਾਂ ਹੈ ਨਾ, ਅਤੇ ਉੱਪਰਲੀਆਂ ਜਿਹੜੀਆਂ ਕਲੀਆਂ ਹੁੰਦੀਆਂ ਉਹ ਆਪਾਂ ਕੱਢਦੇ ਨਹੀਂ ਜਦੋਂ ਕਬੂਤਰ ਕੰਨੀ ਲੈ ਆਉਂਦਾ, ਠੀਕ ਆ, ਜਿਵੇਂ ਅੱਧੀ ਤੋਂ ਵੱਧ ਕੰਨੀ ਹੋ ਜਾਂਦੀ ਆ, ਉਦੋਂ ਬਾਅਦ ਉਹ ਉਸਦੀਆਂ ਕਲੀਆਂ ਝਾੜਨ ਲੱਗ ਜਾਂਦਾ, ਫਿਰ ਇਹ ਵੀ ਔਖਾ ਹੋ ਜਾਂਦਾ। ਸੋ ਜੇ ਤੁਸੀਂ ਪੱਟਣੀਆਂ ਤਾਂ ਇਹ ਜ਼ਰੂਰ ਪੱਟ ਦਿਆ ਕਰੋ, ਜੇ ਨਹੀਂ ਕਈਆਂ ਦੀਆਂ ਸਾਫ਼ ਨੇ ਨਵੀਆਂ ਨੇ ਫਿਰ ਚਾਹੇ ਨਾ ਪੱਟੋ। ਹੁਣ ਤੁਹਾਨੂੰ ਇੱਕ ਬੱਚਾ ਦਿਖਾਉਣਾ, ਆਹ ਬੱਚਾ ਬਈ, ਠੀਕ ਆ, ਘੱਟੋ ਘੱਟ ਤੁਸੀਂ ਐਂ ਹਿਸਾਬ ਲਾ ਲਓ ਮੇਰੇ ਕੋਲ ਹੀ ਆਏ ਨੂੰ ਇਹਨੂੰ ਡੇਢ ਮਹੀਨੇ ਦੇ ਨੇੜੇ ਹੋਣ ਵਾਲਾ ਹੋ ਗਿਆ ਹੋਊਗਾ। ਪੂਰਾ ਬੱਚਾ ਡਾਉਣ ਵਾਲਾ ਆਇਆ ਸੀ, ਇਹ ਆਪਣੇ ਮਿੱਤਰ ਪਿਆਰੇ ਤੋਂ ਲਿਆਂਦਾ ਸੀ, ਇਹ ਸਾਂਭਣ ਵਾਸਤੇ ਲਿਆਂਦਾ ਆਪਾਂ ਇਹ, ਅਤੇ ਬਈ ਜੀਨੇ ਵਾਲਾ ਬਲੱਡ ਆ ਇਹ, ਅਤੇ ਆਹ ਦੇਖ ਲਓ ਇਹਨੇ ਇੱਕ ਵੀ ਕਲੀ ਨਹੀਂ ਝਾੜੀ ਹਜੇ ਤੱਕ, ਠੀਕ ਹੈ, ਇੱਕ ਵੀ ਨਹੀਂ ਝਾੜੀ ਪਤੰਦਰ ਨੇ, ਵੀ ਇੱਕ ਤਾਂ ਝਾੜੀ ਹੋਵੇ, ਇੱਕ ਵੀ ਨਹੀਂ ਝਾੜੀ। ਕਈ ਕਬੂਤਰ ਕੀ ਹੁੰਦਾ ਬਈ, ਕਈ ਕਬੂਤਰ ਕੰਨੀ ਨਹੀਂ ਝਾੜਦੇ ਹੁੰਦੇ, ਲੇਟ ਝਾੜਦੇ ਨੇ ਹੈ ਨਾ, ਕਈ ਪਹਿਲਾਂ ਝਾੜ ਲੱਗ ਜਾਂਦੇ ਨੇ, ਇਹ ਅੱਡੋ ਅੱਡ ਹਿਸਾਬ ਹੁੰਦਾ, ਕਬੂਤਰ ਦੇ ਹਿਸਾਬ ਨਾਲ ਹੀ ਪਰ ਪਟਾਈ ਕਰਿਆ ਕਰੋ ਅਤੇ ਕਬੂਤਰ ਦੇ ਹਿਸਾਬ ਨਾਲ ਹੀ ਚੱਲਿਆ ਕਰੋ, ਠੀਕ ਆ। ਹੁਣ ਇਹਨੂੰ ਤਾਂ ਅਸੀਂ ਬੈਠਾ ਰਹਿਣ ਲਾਂਗੇ, ਪਹਿਲਾਂ ਇਹਨੂੰ ਡਾਉਣ ਦੀ ਸਲਾਹ ਸੀਗੀ ਪਰ ਇਸ ਕਰਕੇ ਇਹਨੂੰ ਡਾਉਂਦੇ ਨਹੀਂ, ਅਤੇ ਹੁਣ ਆਪਾਂ ਕਰਦੇ ਨਾਲ ਤਾਂ ਪਰ ਪਟਾਈ, ਅਤੇ ਨਾਲੇ ਤੁਹਾਨੂੰ ਦੱਸਦੇ ਹਾਂ, ਆ ਜਾਓ। ਆਹ ਦੇਖੋ ਇਹਦੀਆਂ ਰਹਿ ਗਈਆਂ ਸੀ ਚਾਰ, ਠੀਕ ਆ, ਛੇਵੀਂ ਕਲੀ ਆਈ ਜਾਂਦੀ ਹੈ, ਠੀਕ ਆ, ਮਾੜਾ ਨੇੜੇ ਕਰ ਲੈਂਦੇ ਹਾਂ। ਆਹ ਦੇਖੋ ਹੁਣ ਇਹ ਪਹਿਲਾਂ ਨਾ ਆਪਾਂ ਕੈਂਚੀ ਲਾ ਕੇ ਬਿਠਾਇਆ ਹੋਇਆ ਸੀਗਾ, ਠੀਕ ਆ, ਹੁਣ ਇਹ ਲੱਕੜ 'ਤੇ ਇਹ ਬਹਿਣ ਲੱਗ ਜਾਣਗੇ, ਨੀਵੀਂ ਹੈ, ਕੋਈ ਜ਼ੋਰ ਨਹੀਂ ਲੱਗਦਾ, ਇਹ ਚੜ੍ਹ ਜਾਂਦੇ ਨੇ, ਠੀਕ ਆ, ਕਹਿਣ ਦਾ ਭਾਵ ਇਹ ਹੈ, ਠੀਕ ਆ, ਉੱਚੀਆਂ ਲੱਕੜਾਂ ਨਾ ਲਾਓ। ਹੁਣ ਇਹ ਆਪਾਂ ਪੱਟ ਦਿੰਦੇ ਹਾਂ ਮਿੱਤਰੋ, ਅਤੇ ਇਹਦੀਆਂ ਆਹ ਕਲੀਆਂ ਜੀਆਂ, ਠੀਕ ਆ, ਕਸਮੈਲੀਆਂ ਜੀਆਂ ਹੋ ਰਹੀਆਂ ਨੇ, ਇਹ ਵੀ ਪੱਟ ਦਾਂਗੇ ਉੱਤੋਂ। ਬਾਕੀ ਨਾ ਅੱਗੇ ਆਪਾਂ ਮਿੱਤਰੋ ਵਿੱਚ ਨਾਲ ਵੀਡੀਓ ਲਾਵਾਂਗੇ ਬਾਈ ਪੀਰਕੋਟ ਹੋਰਾਂ ਦੇ, ਡਾਕਟਰ ਪੀਰਕੋਟ ਅਤੇ ਕੰਮਾ ਪੀਰਕੋਟ ਦੀ, ਸੁਣ ਕੇ ਦੇਖਿਓ, ਸਵਾਦ ਹੀ ਆ ਜਾਓ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ। ਬਸ ਪੁੱਤ ਬਸ ਬਸ ਮੇਰਾ ਸ਼ੇਰ, ਇੱਕ ਬਈ ਜਦੋਂ ਪਰ ਪਟਾਈ ਕਰਨੀ ਆ ਤਾਂ ਦਾਣੇ ਦੂਣੇ ਖਾ ਕੇ ਬੈਠਾ ਹੋਵੇ ਕਬੂਤਰ, ਉਦੋਂ ਕਰਿਓ ਭਰਾ ਬਣ ਕੇ, ਕਿਉਂਕਿ ਫਿਰ ਪਤਾ ਕੀ ਆ, ਫਿਰ ਜਾਨਵਰ ਜੇ ਦਰਦ ਵੀ ਮੰਨਦਾ, ਠੀਕ ਆ, ਤਾਂ ਕਬੂਤਰ ਦਾ ਆਪਾਂ ਨੂੰ ਇਹ ਤਾਂ ਨਹੀਂ ਹੈਗਾ ਵੀ ਬਿਮਾਰ ਹੋ ਜਾਊਗਾ ਜਾਂ ਸੋਕੇ 'ਚ ਆ ਜਾਊਗਾ, ਕਿਉਂਕਿ ਦਾਣੇ ਤਾਂ ਖਾਧੇ ਹੀ ਬੈਠਾ ਹੁੰਦਾ। ਖਾਲੀ ਪੇਟ ਕਦੇ ਵੀ ਕਬੂਤਰ ਦੀ ਪਰ ਪਟਾਈ ਨਾ ਕਰੋ। ਬੱਚਾ ਦੇਖੋ ਬਈ, ਤੁਸੀਂ ਸ਼ੌਂਕ ਕਰੋ ਇਹਦਾ, ਇੱਕ ਅੱਖ ਜਿਹਦੇ ਟੀਰ ਹੈ, ਦੋ ਭਾਈ ਨੇ ਆਪਣੇ ਕੋਲੇ, ਇੱਕ ਆ ਸ਼ਾਹ ਅੱਖਾ, ਦੂਜਾ ਆਪਾਂ ਰੋਕ ਲਿਆ, ਠੀਕ ਆ, ਚੱਲ ਬੇਟਾ ਬਹਿ ਜਾ, ਐਂ ਕਾਹਨੂੰ ਕਰਦਾ, ਹੁਣ ਇਹ ਦਰਦ ਮਨਾਉਣ ਲੱਗ ਜਾਂਦੇ ਨੇ ਬਈ। ਅਤੇ ਆਹ ਪੱਠੀ ਉਹੀ ਆ ਬਈ ਜਿਹੜੀ ਚਾਰ ਪੰਜ ਦਿਨਾਂ ਬਾਅਦ, ਚੌਥੇ ਪੰਜਵੇਂ ਦਿਨ ਆਪਾਂ ਬਾਹਰੋਂ ਫੜ ਕੇ ਲਿਆਏ ਸੀ, ਘਰੋਂ ਨਿਕਲ ਗਈ ਸੀ ਮੇਰੇ ਤੋਂ ਇਹ ਜਾਲ ਚੋਂ ਸ਼ਾਹ ਅੱਖੀ, ਇਹ ਵੀ ਚਾਰ ਚਾਰ ਪੰਜ 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 ਕੰਨੀਆਂ ਰਹਿੰਦੀਆਂ ਇਹਦੀਆਂ। ਇੱਕ ਮਿੱਤਰੋ ਪਹਿਲਾਂ ਆਪਾਂ ਨੂੰ ਐਂ ਸੀ ਵੀ ਆਹ ਗੋਲਾ ਆਪਾਂ ਸਾਂਭ, ਠੀਕ ਆ, ਗੋਲੇ ਦਾ ਭਾਈ ਆ ਇਹ ਛੋਟਾ, ਪਹਿਲਾਂ ਸੀਗਾ ਵੀ ਇਹਨੂੰ ਸਾਂਭਾਂਗੇ ਪਰ ਹੁਣ ਨਹੀਂ, ਅਤੇ ਹੁਣ ਸਲਾਹ ਬਣਾ ਲਈ ਵੀ ਇਹਨੂੰ ਪੱਟਦੇ ਹਾਂ, ਠੀਕ ਆ, ਇਹਨੂੰ ਛੱਡਾਂਗੇ ਕਿਤੇ ਨਾ ਕਿਤੇ, ਕਿਉਂਕਿ ਹੋਰ ਆ ਜਾਣਗੇ ਗੋਲੇ ਦੇ ਭਰਾ ਤਾਂ।
ਕਹਿੰਦੇ ਵੀ ਆਹ ਪਰੀਆਂ ਸਹੀ ਨੇ, ਪੜਦੇ ਨੀ। ਕਿਉਂਕਿ ਹੁਣ ਬਾਈ ਪਰ ਪਟਾਈ ਤੇ, ਹਨਾ, ਪਰ ਪਟਾਈ ਦਾ ਬਾਹਲਾ ਹੁਣ ਸੀਜ਼ਨ ਵੀ ਹੈ, ਹਿਸਾਬ ਲਾ ਲਓ ਸੀਜ਼ਨ ਵੀ ਹੈ, ਤੇ ਲੋਕ ਪਰ ਪਟਾਈ ਵੀ ਕਰਦੇ ਆ, ਤੇ ਕਿਹੜੇ ਕਬੂਤਰ ਆਪਾਂ ਨੂੰ ਪੱਟਣੇ ਚਾਹੀਦੇ ਨੇ ਤੇ ਕਿਹੜੇ ਨਹੀਂ ਪੱਟਣੇ ਚਾਹੀਦੇ, ਉਹ ਕਰਾਂਗੇ ਬਾਈ ਹੋਰਾਂ ਨਾਲ ਗੱਲਬਾਤ। ਸੋ ਬਾਈ ਡਾਕਟਰ ਨਾਲ ਕਰਦੇ ਆ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ। ਤੇ ਬਾਈ ਡਾਕਟਰ, ਕਿਹੜੇ ਕਿਹੜੇ ਕਬੂਤਰ ਆ ਜਿਹੜੇ ਆਪਾਂ ਨੂੰ ਪੱਟਣੇ ਚਾਹੀਦੇ ਆ ਜਾਂ ਨਹੀਂ ਪੱਟਣੇ ਚਾਹੀਦੇ, ਕੋਈ ਮਾੜਾ ਮੋਟਾ ਦੱਸਿਓ ਇਹਨਾਂ ਬਾਰੇ। ਦੇਖੋ ਬਾਈ, ਜਿਵੇਂ ਹੁਣ ਆਹ ਕਬੂਤਰ ਹੈਗਾ, ਦੇਖੋ ਇਹਨਾਂ ਦਾ ਦੋ ਕਲੀਆਂ ਰਹਿੰਦੀਆਂ ਯਾਰ, ਹਾਂ, ਇਹਦਾ ਨਾ ਹੀ ਹੁਣ ਫਰਵਰੀ ਦਾ ਮਹੀਨਾ ਚੱਲੀ ਜਾਂਦਾ, ਇਹ ਮਹੀਨਾ ਵਿੱਚ ਹੈਗਾ, ਹਨਾ, ਹਾਂ, ਇਹਨੂੰ ਤਾਂ ਪੱਟਣ ਦੀ ਲੋੜ ਹੀ ਨਹੀਂ, ਇਹਦਾ ਆਪਦੀ ਆਪ ਹੀ ਫਸਰ ਹੋ ਜੂਗਾ, ਹਨਾ। ਹਾਂ, ਜੇ ਤੁਸੀਂ 1 ਅਪ੍ਰੈਲ ਦੀਆਂ ਪਹਿਲੀਆਂ ਦੁਸਰਾਂ ਛੱਡਣੀਆਂ ਨੇ, ਹਾਂ, ਉਹ ਤਾਂ ਤੁਹਾਨੂੰ ਜੇ ਕੋਈ ਬੱਚੇ ਨਹੀਂ ਫਸਰ ਹੋਏ, ਤੇ ਜਿਹੜੇ ਵੀ ਮਤਲਬ ਕਬੂਤਰ 1-2 ਤੇ ਰਹਿੰਦੇ ਨੇ, ਅਪ੍ਰੈਲ ਤੋਂ ਅਪ੍ਰੈਲ ਵੇਲੇ ਕੱਢਣੇ ਨੇ, ਹਨਾ, ਉਹ 1-2 ਤੇ ਰਹਿੰਦੇ ਨੇ, ਉਹਨਾਂ ਦੀ ਤਾਂ ਲੋੜ ਹੀ ਨੀ ਵੀਰੇ ਪੱਟਣ ਦੀ, ਹਨਾ, ਹਾਂ, ਤੇ ਉਹ ਤਾਂ ਆਪਦੀ ਆਪ ਹੀ ਫਸਰ ਹੋਣਗੇ, ਹਾਂ, ਨਾਲੇ ਜਿਹੜਾ ਆਪਦੀ ਆਪ ਫਸਰ ਹੋਇਆ ਕਬੂਤਰ, ਉਹਦੇ ਵਰਗੀ ਰੀਸ ਨੀ ਬਾਈ, ਹਾਂ, ਇਹ ਤਾਂ ਚੰਗਾ ਉੱਡਣਾ ਨੀਗਾ, ਠੀਕ ਆ। ਤੇ ਬਾਕੀ ਕਿਸੇ ਦੇ ਵੀਰਾਂ ਦੇ ਲੇਟ ਕਢਾਏ ਹੁੰਦੇ ਆ ਬੱਚੇ, ਲੇਟ ਹੁੰਦੇ ਨੇ, ਹਨਾ, ਉਹਨਾਂ ਨੂੰ ਖੁਰਾਕ ਵਧੀਆ ਪਈ ਜਾਵੇ, ਚੰਗੀ ਪਈ ਜਾਵੇ, ਕਬੂਤਰ ਪਿੰਡਾ ਝਾੜ ਪਊਗਾ, ਉਹ ਫਸਰ ਵੀ ਪੱਟਿਆ ਜਾਂਦਾ ਗਾ, ਠੀਕ ਆ, ਫਸਰ ਵੀ ਹੋਊਗਾ, ਜਾਨਵਰ ਕਮਜ਼ੋਰ ਆਣਾ ਹੋਵੇ, ਤਿੰਨ ਕਲੀਆਂ ਦੇ ਰਹਿੰਦੇ ਆ, ਹਨਾ, ਉਹਨਾਂ ਨੂੰ ਪੱਟਣ ਦੀ ਲੋੜ ਨੀ। ਤੇ ਆ ਬਾਈ ਕੋਲ ਇੱਕ ਬਾਈ ਬੱਚਾ ਲਈ ਖੜੇ ਆ, ਲੈ ਇਹਦਾ ਕਰਾਉਣੇ ਆਪਾਂ ਤੁਹਾਨੂੰ ਸ਼ੌਂਕ ਆ, ਇਹਦਾ ਚੀਕ ਦਾ ਬੱਚਾ ਬਾਈ, ਇਹਦੇ ਟੀਰ ਆ। ਇੱਕ ਗੱਲ ਹੋਰ ਆ ਯਾਰ, ਜਿਵੇਂ ਪਰ ਪਟਾਈ ਦੇ ਵਿੱਚ ਗੱਲ ਚੱਲ ਪਈ, ਜਿਹੜੇ ਬੱਚੇ ਆਪਣੇ 9ਵੇਂ 10ਵੇਂ ਮਹੀਨੇ ਦੇ ਵਿੱਚ ਉੱਡੇ ਆ, ਹਾਂਜੀ, ਉਹ ਬੱਚਿਆਂ ਨੂੰ ਪਰ ਪਟਾਈ ਕਰਨ ਦੀ ਸ਼ਾਇਦ ਹੀ ਲੋੜ ਪਵੇ, 9ਵੇਂ 10ਵੇਂ ਜਿਹੜਾ ਆਪਦੀ ਆਪ ਫਰਸਰ ਹੁੰਦਾ ਕਬੂਤਰ, ਬਹੁਤ ਹੀ ਚੰਗਾ, ਕਿਉਂਕਿ ਇੱਕ ਚੀਜ਼ ਆਪਾਂ ਧੱਕੇ ਨਾਲ ਕਰਾਉਣੀ ਤੇ ਇੱਕ ਕੁਦਰਤ ਬੰਦਿਓ ਹੋਣੀ, ਹਾਂ, ਹਨਾ, ਉਸੇ ਕਬੂਤਰ ਨੂੰ ਪੱਟੋ ਜਿਹਦੀ ਬਹੁਤ ਜ਼ਿਆਦਾ ਜ਼ਰੂਰਤ ਆ, ਜਾਂ ਤਾਂ ਕੋਈ ਖੰਭ ਟੁੱਟ ਗਿਆ ਜਾਂ ਕਲੀ ਖਰਾਬ ਆ ਗਈ, ਖੰਭ ਸਹੀ ਨਹੀਂ ਆਏ, ਉਸ ਕਬੂਤਰ ਨੂੰ ਪੱਟੋ, ਬਸ ਐਵੇਂ ਚਾਹ ਦੇ ਵਿੱਚ ਕਬੂਤਰ ਨਾ ਪੱਟੋ ਕੋਈ ਵੀ ਭਰਾ ਮੇਰਾ। ਕਈ ਪਤਾ ਕੀ ਆ, ਕਈ ਵੀ ਭਰਾ ਹੁੰਦੇ ਖਾ, ਅੱਜ ਕੱਲ੍ਹ ਬਾਈ ਗੱਲ ਚੱਲੀ ਨਾ ਪਰ ਪਟਾਈ, ਹਨਾ, ਹੁਣ ਉਹੀ ਗੱਲ ਮਗਰ ਲੱਗ ਲੱਗ ਨਾ ਲੋਕ ਉਈ ਪੱਟੀ ਜਾਂਦੇ ਆ, ਹੁਣ ਇੱਕ ਕਰਮ ਬਾਈ, ਇੱਕ ਆਪਣਾ ਜਿਹੜਾ ਹੁਣ ਜਮਾਂ ਪਰ ਸਾਫ਼ ਹੋ ਰਹੇ ਨੇ, ਹਨਾ, ਬੱਚੇ ਲੈ ਕੇ ਆਇਓ, ਇੱਕ ਬੱਚਾ ਲੈ ਆਇਓ ਚੱਕ ਕੇ ਦਿਖਾਈਏ, ਕਈ ਭਰਾ ਨਾ ਜਮਾਂ ਸਾਰਾ ਆਏ ਹੋਏ ਵੀ ਕਬੂਤਰ, ਹਨਾ, ਉਹ ਵੀ ਪੱਟ ਦਿੰਦੇ ਨੇ ਵੀ ਕਿਤੇ ਉਹਨੂੰ ਝਾੜੇ ਪੈ ਜਾਣਗੇ, ਨਾਲੇ ਉਹ ਕਬੂਤਰ ਝਾੜੇ ਨੀ ਪੈਂਦੇ। ਮੇਰੀ ਗੱਲ ਸੁਣ,
ਜਿੱਦੇ ਨੂੰ ਤੂੰ ਬਾਜੀ ਛੱਡੇਗਾ ਪਹਿਲੀ ਗਲੀ ਸਿੱਟੂਗਾ ਉਹ ਦਸਵੀਆਂ ਚੋਂ ਵਿਚਾਲੜਿਆਂ ਚੋਂ ਸਿੱਟੂਗਾ ਉਹ ਬਾਜੀ ਉੱਡ ਜੂਗਾ ਕਬੂਤਰ ਹੋਊਗਾ ਬਾਜੀ ਜਿੱਤੂਗਾ ਠੀਕ ਹੈ ਪਰ ਕਈਆਂ ਨੂੰ ਪਤਾ ਨਹੀਂ ਨਾ ਨਵੇਂ ਭਰਾਵਾਂ ਨੂੰ ਉਹਨਾਂ ਵਾਸਤੇ ਸੀ ਹਨਾ ਵੀ ਜਿਹੜੇ ਜਮਾ ਹੁਣ ਪਰਸ ਆਪਣੇ ਜਮਾ ਲੈਸ ਨੇ ਜਿੱਦੇ ਨੂੰ ਬਾਜੀ ਜਿੱਤਣੀ ਆ ਉਹਨੇ ਉਹਦੇ ਨੂੰ ਇੱਕ ਵਾਰ ਸਿੱਟੂਗਾ ਬਚਾਲੋ ਉਹਦੇ ਨੂੰ ਬਾਜੀ ਜਿੱਤ ਦੂਗਾ ਕਬੂਤਰ ਤੇਰੇ ਜਿਹੇ ਨਾ ਜਿਹੜਾ ਜਮਾ ਹੀ ਮੇਰੇ ਵਰਗਾ ਨਵਾਂ ਬੰਦਾ ਹੈ ਜਿਹੜਾ ਮੇਰੇ ਵਰਗਾ ਜਮਾ ਹੀ ਨਵਾਂ ਬੰਦਾ ਉਹਦੇ ਵਾਸਤੇ ਹੈ ਹਾਂ ਇਹ ਜਿਹੜੇ ਵੱਡੇ ਖਿਡਾਰੀ ਨੇ ਉਹ ਇਹ ਨਾ ਕਿਹੋ ਵੀ ਬਾਈ ਯਾਰ ਸਾਨੂੰ ਕਿਹੜਾ ਇਹਨਾਂ ਗੱਲਾਂ ਦਾ ਪਤਾ ਹਾਂ ਤੁਸੀਂ ਸਾਨੂੰ ਕੀ ਦੱਸੋਗੇ ਜਿਸ ਦਿਨ ਉਹਨੂੰ ਕੱਢਣ ਲੱਗੇਗਾ ਜਿਸ ਦਿਨ ਤੂੰ ਬਾਜੀ ਛੱਡੇਗਾ ਆਹ ਇੱਕ ਗਲੀ ਸਿੱਧੂ ਵੀ ਚੱਲਣੀ ਉਹ ਦਿਨ ਤੂੰ ਬਾਜੀ ਛੱਡ ਦੇਗਾ ਇਹਨੂੰ ਪੱਟਣਾ ਪਊਗਾ ਦੁਬਾਰਾ ਨਵੇਂ ਖੰਭ ਆ ਜਾਣਗੇ ਕਿਤੇ ਹਨਾ ਝਾੜਦੇ ਝਾੜਦੇ ਵੀ 3 ਮਹੀਨੇ ਲਾ ਜਾਂਦੇ ਬਾਈ ਬਾਜੀ ਜਿੱਤਣੀ ਯਾਰ ਇੱਕ ਫੰਗ ਸਿੱਟੂਗਾ ਉਹ ਹਾਂ ਜਦੋਂ ਇਹ ਆਪਾਂ ਬਾਜੀ ਛੱਡਣੀ ਆ ਜਿਸ ਦਿਨ ਹਾੜਨੇ ਇੱਕ ਫੰਗ ਸਿੱਟੂ ਉਹਦੇ ਬਾਈ ਬਾਜੀ ਜਿੱਤ ਲੂਗਾ ਜੀ ਹਾਂ ਕੋਈ ਫਰਕ ਨਹੀਂ ਪੈਂਦਾ ਇਹਨਾਂ ਸੋ ਜਿਹੜੇ ਪਰ ਸਾਫ ਹੋਏ ਬੈਠੇ ਨੇ ਕਬੂਤਰ ਬਾਈ ਉਹ ਨਾ ਪੱਟਿਓ ਠੀਕ ਹੈ ਕੱਚੇ ਪੱਕੇ ਕਬੂਤਰ ਪੱਟਣਾ ਫਾਇਦਾ ਨਹੀਂ ਹੁੰਦਾ ਇਹ ਪਰ ਪਟਾਈ ਕੋਈ ਬਾਲੀ ਜ਼ਰੂਰੀ ਨਹੀਂ ਹੁੰਦੀ ਜਿਹੜੇ ਤੁਹਾਡੇ ਟਾਈਮ ਸਿਰ ਬੱਚੇ ਕਢਾਏ ਹੋਏ ਆ ਉਹ ਆਪੇ ਆਟੋਮੈਟਿਕ ਫਰਸਾਰ ਹੋ ਜਾਂਦੇ ਹੁੰਦੇ ਆ ਉਹ ਚੰਗੇ ਹੋਣਗੇ ਜਿਹੜਾ ਕੋਈ ਖੰਭ ਟੁੱਟ ਗਿਆ ਛਣੇ ਹੋਏ ਖੰਭ ਆ ਗਏ ਖਰਾਬ ਖੰਭ ਆ ਗਏ ਚਲੋ ਉਹਦੀ ਤਾਂ ਮਜ਼ਬੂਰੀ ਬਣ ਜਾਂਦੀ ਹੈ ਉਹ ਜਿਹੇ ਕਬੂਤਰ ਨੂੰ ਪੱਟੋ ਇਹ ਨਹੀਂ ਵੀ ਤੁਸੀਂ 60 ਬੱਚੇ ਕਢਾਈ ਰੱਖੇ ਹੋ ਤੇ 60 ਤੁਹਾਨੂੰ ਪੱਟਣੇ ਪੈਣਗੇ ਉਹ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਭਰਾ ਨੂੰ ਸੋ ਇਹ ਨੇ ਬਾਈ ਜਿਹੜੀ ਬਾਈ ਕਈ ਭਰਾਵਾਂ ਨੇ ਮੈਨੂੰ ਨਾ ਕਮੈਂਟ ਵੀ ਕੀਤੇ ਸੀ ਅਤੇ ਮੈਸੇਜ ਵੀ ਕੀਤੇ ਸੀ ਹਨਾ ਪਰ ਪਟਾਈ ਬਾਰੇ ਅਤੇ ਬਾਈ ਹੋਰਾਂ ਨੇ ਤੁਹਾਨੂੰ ਦਿੱਤਾ 10 ਸੋ ਭਰਾ ਬਣ ਕੇ ਜਿਹੜੇ ਥੋੜੇ ਪਰ ਸਰ ਨੇ ਠੀਕ ਹੈ 10 ਕਲੀਆਂ ਸਾਫ ਨੇ ਦੂਜੀਆਂ ਅੰਦਰਲੀਆਂ ਉਹ ਝਾੜੀ ਜਾਂਦੇ ਨੇ ਕਿਉਂਕਿ ਜਦੋਂ ਨੂੰ ਬਾਜੀ ਛੱਡਣਾ ਉਦੋਂ ਅੰਦਰਲੇ ਵੀ ਝਾੜ ਕੇ ਆਪਣੇ ਆਪ ਸਾਫ ਹੋ ਜਾਣਗੇ ਉਹਨਾਂ ਨੂੰ ਛੇੜਨ ਦੀ ਲੋੜ ਨਹੀਂ ਹੈਗੀ ਸੋ ਭਰਾ ਬਣ ਕੇ ਸਾਰਿਆਂ ਮਗਰ ਨਾ ਲੱਗਿਆ ਕਰੋ ਕਿਉਂਕਿ ਨਵੇਂ ਖਿਡਾਰੀਆਂ ਵਾਸਤੇ ਸਾ ਇਹ ਪੁਰਾਣੇ ਖਿਡਾਰੀਆਂ ਵਾਸਤੇ ਨਹੀਂ ਬਈ ਕਿਉਂਕਿ ਉਹ ਤਾਂ ਸਾਡੇ ਐਂ ਹਿਸਾਬ ਲਾ ਲਓ ਵੀ ਸਾਡੇ ਤੁੱਤ ਹੁੰਦੇ ਨੇ ਬੈਠੇ ਨੇ ਬਥੇਰੇ ਭਰਾ ਸਾਡੇ ਠੀਕ ਹੈ ਵਿੱਚ ਜੇ ਕਿਸੇ ਕੋਈ ਕਮੈਂਟ ਵੀ ਕਰਦੇ ਹੁੰਦੇ ਹਨਾ ਵੀ ਇਹ ਤਾਂ ਸਾਨੂੰ ਪਤਾ ਬਈ ਇਹ ਨਵੇਂ ਭਰਾਵਾਂ ਵਾਸਤੇ ਆ ਪੁਰਾਣਿਆਂ ਵਾਸਤੇ ਨਹੀਂ ਹੈਗਾ ਸੋ ਬਈ ਧੰਨਵਾਦ ਅਤੇ ਲਵ ਯੂ ਆ ਸਾਰੇ ਭਰਾਵਾਂ ਨੂੰ